ਇਹ ਨੇ ਜ਼ਿਲ੍ਹਾ ਬਠਿੰਡਾ ਦੇ ਨਵੇਂ ਐਸਐਸਪੀ ਹਰਮਨਵੀਰ ਸਿੰਘ ਗਿੱਲ ਹੋਰੀ ਜਿਨ੍ਹਾਂ ਨੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਹੋਰਾਂ ਦੀ ਥਾਂ ਤੇ ਕਾਰਜਕਾਲ ਸੰਭਾਲਿਆ ਹੈ ਜਿਨ੍ਹਾਂ ਦੇ ਆਉਣ ਤੇ ਪੁਲਿਸ ਮੁਲਾਜ਼ਮਾਂ ਨੇ ਸਲਾਮੀ ਦੇ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਹੈ ਇਸ ਮੌਕੇ ਪੁਲਿਸ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਐਸਐਸਪੀ ਹਰਮਨਵੀਰ ਸਿੰਘ ਗਿੱਲ ਹੋਰਾਂ ਨੇ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਅਤੇ ਹੱਲਾਸ਼ੇਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਚਾਹੀਦੀ ਇਸ ਤੋਂ ਅਗਲੇ ਬੋਲ ਸੁਣ ਕੇ ਤੁਸੀਂ ਵਾਹ ਵਾਹ ਕਰੋਗੇ ਅੱਜ ਦੀ ਜਿਹੜੀ ਵੀਕਲੀ ਪਰੇਡ ਆ ਇਹਦੇ ਚ ਸ਼ਾਮਲ ਸਾਰੇ ਐਸਐਚਓ ਸਾਹਿਬਾਨ ਸਾਰੇ ਐਨਜੀਓ ਡੀਪੀਓ ਪਹਿਲਾਂ ਮੈਂ ਗੱਲ ਕਰਦਾ ਪਰੇਡ ਦੀ ਸੋ ਪਰੇਡ ਦੇ ਵਿੱਚ ਜਿਹੜਾ ਸੀਗਾ ਜਿਹੜਾ ਤੇ ਈਪੀਓ ਦੀ ਪਰੇਡ ਸੀਗੀ ਉਹਨੂੰ ਮੈਂ ਆਊਟਸਟੈਂਡਿੰਗ ਨਹੀਂ ਕਹਿ ਸਕਦਾ ਵੈਰੀ ਗੁੱਡ ਕਹੂੰਗਾ ਔਰ ਐਨਜੀਓ ਦੀ ਜਿਹੜੀ ਪਰੇਡ ਸੀ ਉਹਦਾ ਮਿਆਰ ਬਹੁਤ ਥੱਲੇ ਦਾ ਸੀਗਾ ਸੋ ਇਹ ਇੱਕ ਨੰਬਰ ਬਲਟਮੂਨ ਜਿਹੜੀ ਐਨਜੀਓ ਦੀ ਹੈਗੀ ਹੈ ਸੋ ਡੀਐਸਪੀ ਹੈਡਕੁਆਟਰ ਐਸਪੀ ਹੈਡਕੁਆਟਰ ਇਹਦੇ ਵੱਲ ਧਿਆਨ ਦੇਣ ਔਰ ਜਿਹੜੀ ਡਰਿੱਲ ਆ ਜਿਹੜੀ ਤੁਹਾਡੀ ਇਹ ਮਹੀਨੇ ਚ ਦੋ ਵਾਰ ਹੋਇਆ ਕਰੂਗੀ ਇੱਥੇ ਜਨਰਲ ਪਰੇਡ ਸੋ ਮੈਂ ਐਕਸਪੈਕਟ ਕਰਦਾ ਵੀ ਅਗਲੀ ਵਾਰ ਜਿਹੜਾ ਹੈਗਾ ਇਹਦਾ ਮਿਆਰ ਤੇ ਤੁਹਾਡਾ ਟਰਨ ਆਊਟ ਜਿੰਨੀਆਂ ਕਿ ਮੈਂ ਪਲਟੂਨਾਂ ਵੇਖੀਆਂ ਨੇ ਆਈ ਐਮ ਸੋਰੀ ਸਟੇਟ ਆਫ ਅਫੇਅਰਸ ਵੀ ਕਿਸੇ ਵੀ ਐਨਜੀਓ ਜਾਂ ਓਆਰ ਜਿਵੇਂ ਅਗਲੀਆਂ ਜਿਹੜੀਆਂ ਪਲਟੂਨਾਂ ਦੋ ਤਿੰਨ ਵੇਖੀਆਂ ਉਹਦੇ ਵਿੱਚ ਕਿਸੇ ਦਾ ਵੀ ਇਹੋ ਜਿਹਾ ਮਿਆਰ ਨਹੀਂ ਸੀ ਮੈਨੂੰ ਲੱਗਾ ਯੂਨੀਫਾਰਮ ਦਾ ਟਰਨ ਆਊਟ ਦਾ ਕਿ ਮੈਂ ਉਹਨੂੰ ਕੰਸਿਡਰ ਕਰ ਸਕਾਂ ਕਿਸੇ ਵੀ ਕਮੈਂਡੇਸ਼ਨ ਵਾਸਤੇ ਸੋ ਡਰਿੱਲ ਜਿਹੜੀ ਆ ਇਹ ਜਿਹੜੀ ਯੂਨੀਫਾਰਮ ਆ ਇਹਦਾ ਬੇਸਿਕ ਸਾਡਾ ਜਦੋਂ ਅਸੀਂ ਭਰਤੀ ਹੁੰਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਹੈ ਇੱਕ ਠਹਿਰੋ ਦੋ ਤੋਂ ਲੈ ਕੇ ਬਾਅਦ ਚ ਟ੍ਰੇਨਿੰਗ ਸਿਖਾਈ ਜਾਂਦੀ ਹੈ ਉਹ ਇਸ ਕਰਕੇ ਹੈਗੀ ਹੈ ਤਾਂ ਕਿ ਸਾਡੀ ਤੋਰ ਚ ਸਾਡੇ ਬਹਿਣ ਖਲੋਣ ਚ ਸਾਡੇ ਗੱਲ ਕਰਨ ਚ ਸਾਡੀਆਂ ਅੱਖਾਂ ਚ ਸਾਡਾ ਅੱਖਾਂ ਦਾ ਨਜ਼ਰੀਆ ਸਾਡੇ ਤੁਰਨ ਦਾ ਨਜ਼ਰੀਆ ਸਾਡੇ ਬੈਠਣ ਦਾ ਨਜ਼ਰੀਆ ਲੋਕਾਂ ਨਾਲੋਂ ਫਰਕ ਹੋਵੇ ਇਹ ਹੈਗਾ ਪਰੇਡ ਡਿਸਪਲਿਨ ਚ ਤੁਰਨਾ ਡਿਸਪਲਿਨ ਚ ਬਹਿਣਾ ਡਿਸਪਲਿਨ ਦੇ ਹਿਸਾਬ ਨਾਲ ਵਾਕ ਕਰਨੀ ਸਰੀਰ ਤੇ ਸੰਤੁਲਨ ਰੱਖਣਾ ਹਿੱਕ ਬਾਹਰ ਰੱਖਣੀ ਢਿੱਡ ਅੰਦਰ ਰੱਖਣਾ ਇਹ ਹੁੰਦਾ ਇੱਕ ਪੁਲਿਸ ਅਫਸਰ ਦੇ ਜਿਹੜੇ ਆ ਮੂਲ ਪਰੇਡ ਜਿਹੜੀ ਆ ਤੁਹਾਨੂੰ ਕਰਾਈ ਜਾਂਦੀ ਜਾਂ ਬੇਸਿਕ ਟ੍ਰੇਨਿੰਗ ਚ ਇਹ ਉਹਦਾ ਮੂਲ ਮੰਤਰ ਆ ਪਰ ਆਪਾਂ ਇਹਨੂੰ ਭੁੱਲੀ ਫਿਰਦੇ ਹਾਂ ਸੋ ਇਹੋ ਸਾਡੀਆਂ ਜਿਹੜੀਆਂ ਆਦਤਾਂ ਅਸੀਂ ਆਪਦੀ ਬੇਸਿਕ ਜਿਹੜੀ ਪੁਲਿਸਿੰਗ ਹੈ ਛੱਡ ਗਏ ਸੋ ਕੋਈ ਕੁੱਕੜਖਾਣਾ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਇਹਦੀਆਂ ਹੀ ਵਜ੍ਹਾ ਹੈਗੀਆਂ ਵੀ ਆਪਾਂ ਆਪਣੇ ਆਪ ਨੂੰ ਸੰਭਾਲ ਕੇ ਨਹੀਂ ਰੱਖਦੇ ਨਾ ਤਾਂ ਕੋਈ ਐਸਐਚਓ ਨਾ ਹਲਕਾ ਅਫਸਰ ਫਾਰਮਲ ਇੰਸਪੈਕਸ਼ਨਾਂ ਕਰਨ ਜਾਂਦੇ ਹੋ ਤੇ ਪਰੇਡ ਕਰਾਉਣੀ ਬਹੁਤ ਜ਼ਰੂਰੀ ਹੈ ਤੁਹਾਨੂੰ ਹਰ ਇੱਕ ਆਪਦੀ ਫਾਰਮਲ ਇੰਸਪੈਕਸ਼ਨ ਚ ਲਿਖ ਕੇ ਭੇਜ ਦਿੰਦਾ ਫਿਰ ਪਰੇਡ ਦਰੁਸਤ ਪਾਈ ਗਈ ਔਰ ਮੈਨੂੰ 100% ਪਤਾ ਵੀ ਸ਼ਹਿਰ ਜਾਂ ਕੋਈ ਡੀਐਸਪੀ ਹੋਊਗਾ ਜਾਂ ਐਸਪੀ ਹੋਊਗਾ ਜਿਹਨੇ ਪਰੇਡ ਕਰਾਈ ਹੋਊਗੀ ਆਪਦੀ ਫਾਰਮਲ ਇੰਸਪੈਕਸ਼ਨ ਔਰ ਐਸਐਚਓ ਤੇ ਡੀਐਸਪੀ ਹਲਕਾ ਤੇ ਸੌ ਖਾਣ ਵਾਲੀ ਗੱਲ ਆ ਵੀ ਇਹਨਾਂ ਨੇ ਕਦੇ ਜਾ ਕੇ ਮਹੀਨੇ ਚ ਕਦੀ ਵਾਰ ਆਪਣੀ ਸਬ ਡਿਵੀਜ਼ਨ ਨੂੰ ਇਕੱਠਾ ਕਰਕੇ ਆਪਦੇ ਲੈਵਲ ਤੇ ਆਪਦੇ ਪੁਲਿਸ ਅਫਸਰ ਦੀ ਡਰਿੱਲ ਕਦੇ ਕਰਾਈ ਹੋਵੇ ਜਾਂ ਕਿਹਾ ਹੀ ਹੋਵੇ ਥਾਣੇ ਲੈਵਲ ਤੇ ਵੀ ਕਰਾ ਦੋ ਜਿਹੜੀ ਬੜੀ ਹੀ ਮੰਦਭਾਗੀ ਤੇ ਮਾੜੀ ਗੱਲ ਸੋ ਮੈਂ ਕੋਰ ਪੁਲਿਸਿੰਗ ਚ ਬਲੀਵ ਕਰਦਾ ਅੱਜ ਵੀ ਜਿਹੜੇ 60% ਨਫਰੀ ਬੁਲਾਈ ਸੀਗੀ ਜਿਹੜੇ ਜਿਹੜੇ ਯੂਨਿਟਸ ਤੋਂ ਨਹੀਂ ਆਈ ਉਹਨਾਂ ਨੂੰ ਸਜ਼ਾ ਦਿੱਤੀ ਜਾਊਗੀ ਸਖਤੀ ਰੱਖੀ ਜਾਊਗੀ ਡਿਸਪਲਿਨ ਰੱਖਿਆ ਜਾਊਗਾ ਜਿਹੜਾ ਤਕੜਾ ਹੋ ਕੇ ਕੰਮ ਕਰੂਗਾ ਉਹਨੂੰ ਠੋਕ ਕੇ ਇਨਾਮ ਦਿੱਤੇ ਜਾਣਗੇ ਸੋ ਤੁਹਾਡੀ ਮਰਜ਼ੀ ਆ ਤੁਸੀਂ ਕੰਮ ਕਰਕੇ ਇਨਾਮ ਲੈਣੇ ਆ ਰਿਵਾਰਡਸ ਲੈਣੇ ਆ ਕਮੈਂਡੇਸ਼ਨ ਸਰਟੀਫਿਕੇਟਸ ਲੈਣੇ ਆ ਕਿ ਸਜ਼ਾ ਲੈਣੀ ਉਹ ਡਿਪੈਂਡ ਤੁਹਾਡੇ ਤੇ ਕਰਦਾ ਜਿਹੋ ਜਿਹਾ ਕੋਈ ਸਰਕਾਰ ਦਰਬਾਰ ਜਾਂ ਜਿਹੋ ਜਿਹਾ ਕੋਈ ਅਫਸਰ ਹੋਏ ਉਹੋ ਜਿਹਾ ਢਲ ਜਾਣਾ ਚਾਹੀਦਾ ਇਹ ਸਿਆਣੇ ਪੁਲਿਸ ਅਫਸਰ ਦਾ ਸਭ ਤੋਂ ਮੇਨ ਜਿਹੜਾ ਸਕਸੈਸ ਵਾਸਤੇ ਮੰਤਰ ਹੁੰਦਾ ਤੁਹਾਨੂੰ ਜੋ ਮੈਂ ਜਿੱਥੇ ਗੱਲਾਂ ਕਰਨ ਜਾਊਂਗਾ ਉਹ ਬੜੀਆਂ ਦੇਸੀ ਤੇ ਸਿੱਧੀਆਂ ਤੇ ਸਪਸ਼ਟ ਹੈਗੀਆਂ ਵਾ ਤੇ ਬੇਸਿਕ ਪੁਲਿਸਿੰਗ ਦੀਆਂ ਹੈਗੀਆਂ ਜਿਹੜੇ ਤੁਹਾਡੇ ਤੋਂ 95 ਤੋਂ ਪਹਿਲਾਂ ਦੇ ਭਰਤੀ ਉਹਨਾਂ ਨੇ ਇਹ ਪੁਲਿਸਿੰਗ ਨੂੰ ਵੇਖਿਆ ਵੀ ਹੋਊਗਾ ਤੇ ਕੀਤਾ ਵੀ ਹੋਊਗਾ ਤੇ ਉਹਦੇ ਰਿਜ਼ਲਟਸ ਵੀ ਵੇਖੇ ਹੋਣ ਪ੍ਰਵੈਂਸ਼ਨ ਆਫ ਕ੍ਰਾਈਮ ਨੂੰ ਤੁਸੀਂ ਆਪਦਾ ਇੱਕ ਮੂਲ ਇਹ ਸਮਝ ਲਓ ਵੀ ਤੁਹਾਡਾ ਅੱਜ ਤੋਂ ਬਾਅਦ ਜਿਹੜਾ ਤੁਸੀਂ ਜਿਹੜੇ ਇੱਥੇ ਹਾਜ਼ਰ ਆ ਉਹ ਵੀ ਜਿਹੜੇ ਨਹੀਂ ਹਾਜ਼ਰ ਉਹਨਾਂ ਨੂੰ ਜਾ ਕੇ ਦੱਸਣਾ ਵੀ ਤੁਹਾਡਾ ਫਰਜ਼ ਹੈ ਕਿਉਂਕਿ ਗੌਸਪ ਤਾਂ ਤੁਹਾਡੀ ਹੁੰਦੀ ਹੋਈ ਆ
ਪੁਲਿਸ ਜਿਹੜੀ ਆ ਵਿਹਲੀ ਬੈਠੀ ਕਦੀ ਬੋਲਣ ਉਹਦੇ ਰਹਿ ਨਹੀਂ ਸਕਦੀ। ਸੋ ਜ਼ਰੂਰ ਦੱਸਿਓ ਜਾ ਕੇ, ਮੈਂ ਤੁਹਾਨੂੰ ਕਹਿੰਦਾ ਪ੍ਰਵੈਂਸ਼ਨ ਆਫ ਕ੍ਰਾਈਮ ਇੱਕ ਨੰਬਰ ਦੀ ਪ੍ਰਾਇਓਰਟੀ ਤੇ ਆ। ਜਦੋਂ ਕ੍ਰਾਈਮ ਹੋ, ਜਦੋਂ ਨਾਕੇ ਲੱਗ ਜਾਣ, ਉਦੋਂ ਚੈਕਿੰਗ ਸ਼ੁਰੂ ਹੋ ਜੇ, ਨਾ ਉਦੋਂ ਨੂੰ ਅਗਲਾ ਹਰਿਆਣਾ ਵੀ ਟੱਪ ਜਾਂਦਾ ਜਦੋਂ ਨੂੰ ਅਸੀਂ ਨਾਕਿਆਂ ਤੇ ਪਹੁੰਚਦੇ ਹਾਂ। ਨਾਕੇ ਪਹਿਲਾਂ ਲੱਗੇ ਰਹਿਣਗੇ ਜਿੱਦਾਂ ਡਿਸਟ੍ਰਿਕਟ ਦੇ ਵਿੱਚ ਹੁਣ ਐਕਟੀਵੇਟ ਕੀਤੇ ਗਏ ਆ। ਅੱਜ ਵੀ ਕੱਲ ਵੀ ਮੈਂ ਆਪ ਹੁਣ ਨਾਕਿਆਂ ਤੇ ਜਾਊਂਗਾ। ਜਿਹੜੇ ਜਿਹੜੇ ਸਬ ਡਿਵੀਜ਼ਨ ਦੇ ਵਿੱਚ ਡਿਸਟ੍ਰਿਕਟ ਦੇ ਨਾਕੇ ਪੈਂਦੇ ਆ, ਉਹ SHO ਉਹ ਹਲਕਾ GO ਉਹਨਾਂ ਨੂੰ ਕਾਮਯਾਬ ਕਰਦੇ। ਮੇਰਾ ਕੰਮ ਸੀ ਫੋਰਸ ਲਾ ਕੇ ਸਾਰਾ ਕੁਝ ਉੱਥੇ ਦੇਣਾ, ਉੱਥੇ ਜਿਹੜੀਆਂ ਰਿਕੁਆਇਰਮੈਂਟਸ ਆ ਦੱਸੋ, ਉੱਥੇ ਪ੍ਰੋਪਰ ਜਿਹੜਾ ਕੰਟਰੋਲ ਰੈਡ ਅਲਰਟ ਕਰਾਉਂਦਾ ਵਾ ਉਸ ਮੁਤਾਬਕ ਉਹਨਾਂ ਨਾਕਿਆਂ ਤੇ ਚੈਕਿੰਗ ਹੋਣੀ ਚਾਹੀਦੀ, ਉਹ ਐਕਟਿਵ ਹੋਣੇ ਚਾਹੀਦੇ, ਸ਼ੋਅ ਆਫ ਫੋਰਸ ਹੋਣੀ ਚਾਹੀਦੀ ਆ, ਤਾਂ ਕਿ ਮਾੜੇ ਬੰਦੇ ਨੂੰ ਪੁਲਿਸ ਖਲੋਤੀ ਦਿਸੇ ਤੇ ਉਹ ਸਾਡਾ ਇਲਾਕਾ ਛੱਡ ਦੇ, ਉੱਥੇ ਕ੍ਰਾਈਮ ਕਰਨ ਦੀ ਜ਼ਰੂਰਤ ਨਾ ਕਰੇ। ਇਸ ਮੌਕੇ ਗਿੱਲ ਹੋਰਾਂ ਨੇ ਕਿਹਾ ਕਿ ਮੈਂ ਕਿਸੇ ਵੀ ਥਾਣੇ ਦੇ ਵਿੱਚ ਕਦੋਂ ਵੀ ਜਾ ਕੇ ਛਾਪਾ ਮਾਰ ਸਕਦਾ ਹਾਂ। ਜੇਕਰ ਕੋਈ ਪੁਲਿਸ ਮੁਲਾਜ਼ਮ ਜਾਂ ਫਿਰ ਅਫਸਰ ਸੁਸਤ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਗਿੱਲ ਹੋਰਾਂ ਨੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਗਿੱਟੇ ਭੰਨਣ ਦੇ ਵੀ ਆਦੇਸ਼ ਜਾਰੀ ਕੀਤੇ ਹਨ। ਇਹ ਤਾਂ ਸਿਰਫ ਇਕੱਲਾ ਬਿਆਨ ਦਿੱਤਾ ਸੀ, ਬਾਕੀ ਕੀ ਕੁਝ ਹੁੰਦਾ ਹੈ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ। ਹਕੀਕੀ TV ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।